ਜਿੱਥੇ ਗਜ਼ਲ ਦੇ ਕੁਛ ਸ਼ੇਰ ਹਨ ਕਿ ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ, ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ, ਅੱਖੋਂ ਅਥਰੂ ਨਾ ਵਗੇ ਅਤੇ ਮੈਂ ਬੁੱਕ ਬੁੱਕ ਰੋਇਆ। ਜਿਵੇਂ ਸੂਲਾਂ 'ਚ ਪਰੁੱਚ ਜਾਣ ਤਿੱਤਲੀ ਦੇ ਪਰ, ਜਿਵੇਂ ਸੂਲਾਂ 'ਚ ਪਰੁੱਚ ਜਾਣ ਤਿੱਤਲੀ ਦੇ ਪਰ, ਕੁਝ ਇਸੇ ਤਰ੍ਹਾਂ ਮੇਰੀਆਂ ਉਮੀਦਾਂ ਨਾਲ ਹੋਇਆ। ਜਦੋਂ ਸਿਰ ਉੱਤੇ ਆਈ ਤੇਜ਼ ਬਲਦੀ ਦੁਪਹਿਰ, ਜਦੋਂ ਸਿਰ ਉੱਤੇ ਆਈ ਤੇਜ਼ ਬਲਦੀ ਦੁਪਹਿਰ, ਮੇਰਾ ਆਪਣਾ ਹਿਸਾਇਆ ਸਾਥ ਛੱਡ ਕੇ ਖਲੋਇਆ। ਸੁੱਕੇ ਰੁੱਖ ਅਤੇ ਕਰੂੰਬਲਾਂ ਅਜੀਬ ਜਿਹਾ ਮੇਲ, ਸੁੱਕੇ ਰੁੱਖ ਅਤੇ ਕਰੂੰਬਲਾਂ ਅਜੀਬ ਜਿਹਾ ਮੇਲ ਹੋ, ਇਹਨਾਂ ਨੂੰ ਪਿਆਰ ਨਾਲ ਸੱਜਣਾ ਨੇ ਛੋਇਆ। ਇਕੱਲੇ ਰੁੱਖ ਕੋਲੋਂ ਲੰਘਦੀ ਮਖੌਲ ਕਰ ਪਾਉਣ, ਇਕੱਲੇ ਰੁੱਖ ਕੋਲੋਂ ਲੰਘਦੀ ਮਖੌਲ ਕਰ ਪਾਉਣ, ਕਿਹਨੂੰ ਦੁੱਖੜਾ ਸੁਣਾਵੇ ਜਿਹੜਾ ਦਿਲ 'ਚ ਲੁਕੋਇਆ। ਇਹ ਸ਼ੇਰ ਧਿਆਨ ਦੇਣਾ ਕਿ ਭਾਵੇਂ ਰੇਤ ਵਿੱਚ ਭੁੰਨ ਭਾਵੇਂ ਕੋਲਿਆਂ 'ਤੇ ਰੱਖ, ਭਾਵੇਂ ਰੇਤ ਵਿੱਚ ਭੁੰਨ ਭਾਵੇਂ ਕੋਲਿਆਂ 'ਤੇ ਰੱਖ, ਤੇਰਾ ਇਹੀ ਧਨਵਾਦ ਜਿਹੜਾ ਸੀਖ 'ਚ ਪਰੋਇਆ। ਚਲੋ ਬਾਕੀ ਤਾਂ ਸੀ ਸਾਰਾ ਹੀ ਬੇਗਾਨਿਆਂ ਦਾ ਸ਼ਹਿਰ, ਚਲੋ ਬਾਕੀ ਤਾਂ ਸੀ ਸਾਰਾ ਹੀ ਬੇਗਾਨਿਆਂ ਦਾ ਸ਼ਹਿਰ, ਤੂੰ ਵੀ ਮੇਰੇ ਵੱਲ ਵੇਖ ਕੇ ਪਟਕ ਬੂਹਾ ਢੋਇਆ। ਜਿਵੇਂ ਸਿਖਰ ਦੁਪਹਿਰੇ ਪੈ ਜੇ ਚਾਣ ਚੱਕ ਰਾਤ, ਜਿਵੇਂ ਸਿਖਰ ਦੁਪਹਿਰੇ ਪੈ ਜੇ ਚਾਣ ਚੱਕ ਰਾਤ, ਤੇਰੇ ਜਾਣ ਪਿੱਛੋਂ ਸੱਚ ਜਾਣੀ ਇਸੇ ਤਰ੍ਹਾਂ ਹੋਇਆ। ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ, ਅੱਖੋਂ ਅਥਰੂ ਨਾ ਵਗੇ ਅਤੇ ਮੈਂ ਬੁੱਕ ਬੁੱਕ ਰੋਇਆ, ਅਤੇ ਮੈਂ ਬੁੱਕ ਬੁੱਕ ਰੋਇਆ। ਸੁਪਰਵੀਜ਼ਾ ਇੰਸ਼ੋਰੈਂਸ ਕਰਵਾਉਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ, ਪਰ ਇਹ ਕਰਵਾਉਣ ਤੋਂ ਪਹਿਲੇ ਕੁਝ ਚੀਜ਼ਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਜਿਵੇਂ ਕਿ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਨਾ ਮਨਜ਼ੂਰ ਹੋ ਜਾਏ, ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਮਹੀਨਿਆਂ ਬਾਅਦ ਵਾਪਸ ਜਾਣਾ ਪੈ ਜਾਏ, ਤਾਂ ਤੁਹਾਡੇ ਦਿੱਤੇ ਹੋਏ ਪੈਸਿਆਂ ਦਾ ਕੀ ਬਣੇਗਾ? ਇਹੋ ਜਿਹੇ ਹੋਰ ਸਵਾਲਾਂ ਦੇ ਜਵਾਬ ਇੱਕ ਭਰੋਸੇਮੰਦ, ਇਮਾਨਦਾਰ ਅਤੇ ਤਜਰਬੇਕਾਰ ਪ੍ਰੋਫੈਸ਼ਨਲ ਹੀ ਦੇ ਸਕਦਾ ਹੈ। ਇਸ ਲਈ ਪੰਜਾਬ ਇੰਸ਼ੋਰੈਂਸ ਏਜੰਸੀ ਨੂੰ ਫੋਨ ਕਰਨ ਦਾ ਕੋਈ ਹਰਜ ਨਹੀਂ। ਜਸਟ ਗਿਵ ਇਟ ਅ ਟ੍ਰਾਈ। ਪੰਜਾਬ ਇੰਸ਼ੋਰੈਂਸ, ਲਿਵ ਯੋਰ ਡ੍ਰੀਮ। ਕੀ ਹੋਇਆ, ਕਿਸ ਨਾਲ ਲੜਕੇ ਹੈਗੀਆਂ? ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਪ੍ਰੋਸੇ ਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ, ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ
ਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ।